ਦਿਆਲ ਸਿੰਘ ਵੀ ਤਾਂ ਆ ਗਏ ਅਤੇ ਦਾਸ ਉੱਥੇ ਹੀ ਰਹਿ ਪਿਆ, ਛੁੱਟੀਆਂ ਸੀ। ਜਦੋਂ ਰਹਿ ਗਏ ਫਿਰ ਭਾਈ ਸੋਨੀ ਦੇ ਨਾਲ ਅਕਾਲੀ ਵਾਲਾ ਜਿੱਧਰ ਗੁੱਜਰਵਾਲ ਹੈ ਉੱਧਰ ਨੂੰ ਆ ਗਏ। ਸ਼ਾਮ ਨੂੰ ਉੱਥੇ ਸੈਰ ਸੂਰ ਕਰਦੇ ਹੋਏ ਮੈਂ ਭਾਈ ਸੋਨੀਆਂ ਨੇ ਨਲਕੇ 'ਤੇ ਪੈਰ ਆਪਦੇ ਪੰਜ ਇਸ਼ਨਾਨਾ ਕਰਦੇ ਸੀ, ਮੈਂ ਨਲਕਾ ਗੇੜਦਾ ਸੀ, ਮੇਰੇ ਮੂੰਹੋਂ ਨਿਕਲ ਗਿਆ। ਮੈਂ ਕਿਹਾ ਜੀ ਬੜੀ ਖਿੱਚ ਸੀ, ਤੁਸੀਂ ਕਦੋਂ ਆਵੋ ਦਰਸ਼ਨ ਕਰੀਏ। ਜਦੋਂ ਇੰਨੀ ਗੱਲ ਕਹੀ ਬੋਲਦੇ ਸੀ ਬਹੁਤ ਸਖ਼ਤ ਅਤੇ ਹਿਰਦੇ ਅੰਦਰ ਪਿਆਰ ਪਿਆਰ ਹੀ ਸੀ ਅਤੇ ਹੈਰਾਨੀ ਵਾਲੀ ਗੱਲ ਸੀ। ਜਦੋਂ ਮੈਂ ਗੱਲ ਕਹੀ ਨਾ ਮੈਨੂੰ ਬੜੀ ਕਹਿੰਦੇ ਇਹਨੂੰ ਪੈ ਗਈ ਖਿੱਚ, ਸਾਨੂੰ ਤੇਰਾ ਪਹਿਲਾਂ ਹੀ ਪਤਾ ਸੀ। ਉਹ ਤਾਂ ਫਿਰ ਉਦੋਂ ਬਾਅਦ ਕੁਮਾਰ ਹੱਟੀ ਵੀ ਰਹੇ, ਉਹਨਾਂ ਦੇ ਪੁੱਤਰ ਹੱਥਾਂ ਨਾਲ ਮੇਰੀ ਅਪੁਆਇੰਟ ਟੀਚਰ ਬਣਿਆ ਜੋ ਕੁਝ ਵੀ ਹੈਗਾ। ਅਤੇ ਉਹ ਕਿਉਂ ਉਹਨਾਂ ਦੇ ਕੋਲ ਇਹ ਗੱਲ ਸੀ ਸਹਿਜ ਸੁਭਾਅ ਕਿਹੜੀ ਗੱਲ ਕਹਿ ਦੇਣਾ, ਸਾਧ ਬਚਨ ਦਾਦਾ ਕੋਈ ਇਹ ਨਹੀਂ ਕਹਿ ਸਕਦਾ ਸੀ ਵੀ ਮੈਨੂੰ ਆਹ ਦੱਸੋ, ਫਿਰ ਉਹਨਾਂ ਕੋਲ ਖੁੰਡਾ ਸੀ। ਅਤੇ ਉਹ ਕਿਹੜੀ ਗੱਲ ਕਹੀ ਉਹਨਾਂ ਨੇ, ਕਹਿੰਦੇ ਐਹ ਇਹਨੂੰ ਲੱਗ ਗਿਆ ਪਤਾ, ਸਾਨੂੰ ਪਹਿਲਾਂ ਹੀ ਪਤਾ ਸੀ। ਫਿਰ ਗੁਰੂ ਦੀ ਕਿਰਪਾ ਨਾਲ ਪਾਈ ਫਿਰ ਤਾਂ ਤੁਸੀਂ ਗੱਲ ਹੀ ਛੱਡ ਦਿਓ ਵੀ। ਫਿਰ ਇੱਕ ਗੱਲ ਇੱਕ ਹੋਰ ਬੜੇ ਧਿਆਨ ਨਾਲ, ਜਿਸ ਵੇਲੇ ਮਾਸਟਰ ਜੀ ਘਰ ਆਏ ਉਹ ਪ੍ਰਧਾਨ ਸਨ, ਜਦੋਂ ਅਸੀਂ ਅੰਮ੍ਰਿਤ ਛਕਿਆ ਅਤੇ ਦੂਸਰੇ ਪੱਖ 'ਤੇ ਆ ਕੇ ਉਹ ਕਹਿਣ ਲੱਗੇ ਇੱਕ ਭਚੰਗੀ ਹੈ 18-19 ਸਾਲ ਦਾ, ਦੇਖਣੀ ਪਾਖਣੀ ਵੀ ਉਹਦੇ 'ਤੇ ਕਲਾ ਬੜੀ ਵਰਤੀ ਹੈ। ਅਤੇ ਉਹ ਬੇਬੇ ਜੀ ਉਹਨਾਂ ਦੇ ਘਰੋਂ ਸ਼ਰਨ ਕੌਰ ਕਹਿਣ ਲੱਗੀ, ਕਹਿੰਦੀ ਇਹ ਤੁਹਾਡੀ ਭਤੀਜ ਨੂੰ ਹੈ ਕਿਹੜੀ, ਉਹਦਾ ਭਾਣਜਾ ਲੋਟ ਵੱਧੀ ਪੜ੍ਹਦਾ, ਅੱਗੇ ਵੀ ਆਪਣੇ ਘਰ ਇੱਕ ਦੋ ਵਾਰੀ ਜਦੋਂ ਆਇਆ ਤਾਂ ਤੁਹਾਨੂੰ ਫਤਿਹ ਬੁਲਾ ਕੇ ਗਿਆ। ਜਦੋਂ ਉਹਨਾਂ ਨੇ ਇੰਨੀ ਗੱਲ ਕਹੀ ਕਹਿੰਦੇ ਮੈਨੂੰ ਮੇਰੀ ਨਜ਼ਰ 'ਚ ਤਾਂ ਅੱਜ ਹੀ ਆਇਆ, ਕਹਿੰਦੇ ਪਹਿਲਾਂ ਮੈਂ ਤਾਂ ਬੇਅੰਮ੍ਰਿਤੀਆਂ ਨੂੰ ਕੀੜੇ ਮਕੌੜੇ ਸਮਝਦਾ, ਇਹ ਉਹਨਾਂ ਦੇ ਪਵਿੱਤਰ। ਜਦੋਂ ਇਹਨਾਂ ਨੇ ਆਹ ਗੱਲ ਮੈਨੂੰ ਦੱਸੀ ਇਸ ਤਰ੍ਹਾਂ, ਫਿਰ ਮੈਂ ਉਹਨਾਂ ਨੂੰ ਇਹ ਮਾਤਾ ਜੀ, ਮੈਂ ਉਹਨਾਂ ਨੂੰ ਮਾਤਾ ਜੀ ਤੋਂ ਵੀ ਵੱਧ ਸਮਝਦਾ ਸੀ ਸਾਨੂੰ ਗੱਲ। ਮੈਂ ਉਹਨਾਂ ਨੂੰ ਕਿਹਾ ਅੱਛਾ ਕੀੜੇ ਮਕੌੜੇ ਨੇ, ਫਿਰ ਮੈਂ ਮੇਰੇ ਤਾਂ ਜੀ ਇਹ ਕਰਦਾ ਪੰਜ ਭਰਾ ਅਤੇ ਚਾਰ ਭੈਣਾਂ ਵੀ ਸਾਰਾ ਪਰਿਵਾਰ ਅੰਮ੍ਰਿਤ ਛਕੇ। ਜਦੋਂ ਇੰਨੀ ਗੱਲ ਕਹੀ ਉਹ ਕਹਿੰਦੇ ਭਾਈ ਇਹਦਾ ਤਾਂ ਦਾਤ ਰੱਖੀ ਹੱਥ ਆਪਣੇ ਜਿਸ ਪਰ, ਇਹ ਤਾਂ ਉਹਦੇ ਹੱਥ ਹੈ ਵਾਹਿਗੁਰੂ ਦੇ। ਜਦੋਂ ਇੰਨੀ ਗੱਲ ਕਹੀ ਅਤੇ ਬਾਕੀ ਕਹਿੰਦੇ ਹਾਂ ਜਦੋਂ ਤੂੰ ਨਿਤਨੇਮ ਕਰਕੇ ਹਟਣਾ ਉਦੋਂ ਅਰਦਾਸ ਕਰਨਾ, ਉਦੋਂ ਅਰਦਾਸ ਕਰਿਆ ਕਰ। ਫਿਰ ਭਾਈ ਐਸੀ ਕਲਾ ਵਰਤੀ ਗੁਰੂ ਦੀ ਕਿਰਪਾ ਨਾਲ, ਭੈਣ ਆ ਕੇ ਇਹ ਕਹਿਣ ਲੱਗੀ ਕਹਿੰਦੀ ਵੀਰ ਜੀ ਅੰਮ੍ਰਿਤ ਛਕਣੇ ਮਹਾਂ ਦਸਤਾਰ ਸਜਾਉਣੀ ਪਊ, ਕਹਿੰਦੀ ਸਜਾਉਂ। ਚਲੋ ਮੁੱਖ ਦੀ ਗੱਲ ਮੈਂ ਜ਼ਿਆਦਾ ਨਾ ਲੰਬਾ ਜਾਵਾਂ, ਇਸ ਗੱਲ 'ਤੇ ਸੱਚੇ ਪਾਤਸ਼ਾਹ ਨੇ ਅਸੀਂ ਖੇਡ ਬੜੀ ਵਰਤਾਈ ਅਤੇ ਬਾਕੀ ਅਰਦਾਸ ਗੁਰੂ ਦੇ ਚਰਨਾਂ 'ਚ ਹੁੰਦੀ ਰਹੀ ਜਿਵੇਂ ਉਹ ਕਰਾਉਂਦੇ ਰਹੇ, ਰੰਗ ਚੜ੍ਹੇ ਹੋਏ ਸੀ। ਅਤੇ ਦੂਸਰੇ ਪੱਖ 'ਤੇ ਪੰਜੇ ਭਰਾ ਚਾਰੇ ਭੈਣਾਂ ਸਭ ਨੇ ਸੱਕ ਲਿਆ, ਮੇਰੇ ਪਿਤਾ ਜੀ ਸਾਧਾਂ ਦੇ ਕੋਲ ਪੜ੍ਹਾਏ ਹੋਏ ਸੀ ਅਤੇ ਉਹ ਉਹਨਾਂ ਨੇ ਉਹ ਨਾ ਤਿਆਰ ਹੋਏ। ਜਦੋਂ ਨਾ ਤਿਆਰ ਹੋਏ ਅਤੇ ਗੁਰੂ ਨੇ ਜਦੋਂ ਬਖਸ਼ਿਸ਼ ਕਰਨੀ ਹੁੰਦੀ ਹੈ, ਕਹਿਣੇ ਤਾਂ ਬੜੇ ਹੱਠੀ ਨੇ ਇੰਨਾ ਇੰਨਾ ਚਿਰ ਬੈਠੇ ਰਹਿੰਦੇ ਨੇ, ਫਿਰ ਕੋਈ ਭੈਣ ਹੀ ਬੜਿੰਗ ਦਾ ਸਿੰਘ ਆ ਗਿਆ, ਉਹ ਮੈਨੂੰ ਰਸਤੇ 'ਚ ਮਿਲ ਗਿਆ ਸੀ, ਉਹਦੇ ਨਾਲ ਚਲੋ ਪ੍ਰੇਮ ਹੋ ਗਿਆ। ਅਤੇ ਉਹਨੂੰ ਉਹਦੇ ਮਨ 'ਚ ਸੀ ਕਹਿੰਦਾ ਮੇਰੀ ਲੜਕੀ ਤੇਰੇ ਵਰਗੀ ਕਾਕਾ ਬੂਤੇ 'ਤੇ ਬੈਠੇ ਸੀ ਉਹ, ਅਤੇ ਬਾਕੀ ਕਿਤੇ ਮੰਗਿਆ ਮੰਗਿਆ ਤਾਂ ਨਹੀਂ। ਮੈਂ ਹਾਂ ਜੀ ਮੇਰੇ ਤਾਂ ਆਨੰਦ ਕਾਰਜ ਹੋਣੇ। ਕਹਿੰਦੇ ਜਾ ਫਿਰ ਉਹਦੀ, ਫਿਰ ਕਹਿੰਦੇ ਤੇਰਾ ਪਿੰਡ ਕਿਹੜਾ? ਮੈਂ ਹਾਂ ਮੇਰਾ ਪਿੰਡ ਜੀ ਫਰਵਾਲੀ ਹੈ, ਉਹਨਾਂ ਦੇ ਲੜਕੇ ਮਤਲਬ ਇੱਧਰ ਘੁਸਾਓ ਪਏ ਹੋਏ ਸੀ ਨਗਿੰਦਰ ਸਿੰਘ ਦੇ। ਫਿਰ ਉਹ ਘਰ ਆ ਗਿਆ, ਫਿਰ ਘਰ ਆ ਕੇ ਸਾਰਾ ਟੱਬਰ ਇਕੱਠਾ ਕਰ ਲਿਆ। ਕਹਿੰਦੇ ਇਹ ਤੁਸੀਂ ਕੀ ਕੀਤਾ, ਇਹ ਬੱਚੇ ਦੇ ਨਾਲ ਵੈਰ ਕੀਤਾ, ਇਹਨੂੰ ਇੰਨੇ ਛੋਟੀ ਉਮਰ ਵਿੱਚ ਵਿਆਹ ਤਾ, ਅਤੇ ਬਾਕੀ ਕੋਈ ਟੋਕਰਾ ਚੱਕਣ ਵਾਲੀ ਹੋਊ ਲੜਕੀ ਹੈ? ਉਹ ਕਹਿੰਦੇ ਨਹੀਂ ਜੀ ਇਹ ਖਾਨਦਾਨੀ। ਚਲੋ ਮੁੱਖ ਦੀ ਗੱਲ ਇਹ ਹੋਈ। ਉਹ ਇੱਕ ਦਿਨ ਮੈਂ ਬਾਹਰ ਗਿਆ ਹੋਇਆ ਸੀ, ਉਹ ਮੇਰੇ ਆ ਗਏ, ਮੇਰੇ ਪਿਤਾ ਜੀ ਨੂੰ ਕਹਿਣ ਲੱਗੇ ਤੂੰ ਤੁਹਾਡਾ ਲੜਕਾ ਇੱਧਰ ਅੰਮ੍ਰਿਤਧਾਰੀ ਹੈ ਅਤੇ ਹੋਰ ਸਾਰੇ ਤੁਸੀਂ ਹਾਲ ਥਾਈ ਅੰਮ੍ਰਿਤ ਨਹੀਂ ਛਕਿਆ? ਚਲੋ ਗੁਰੂ ਨੇ ਐਸੀ ਬਖਸ਼ਿਸ਼ ਕਰੀ, ਉਹ ਵੀ ਤਿਆਰ ਹੋ ਗਏ। ਤਿਆਰ ਹੋ ਕੇ ਭਾਈ ਫਿਰ ਮੈਂ ਤੁਹਾਨੂੰ, ਤੁਸੀਂ ਦੇਖੋ ਹੈਰਾਨੀ ਦੀ ਗੱਲ ਹੈ, ਇਹ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਪੋ ਸੁਦੀ ਸੱਤੇ ਨੂੰ ਨਾਰੰਗਵਾਲ ਮੇਰੇ ਮਾਤਾ ਜੀ ਅਤੇ ਪਿਤਾ ਜੀ ਨੇ ਫਿਰ ਅੰਮ੍ਰਿਤ ਛਕਿਆ ਵੱਡੇ ਸਮਾਗਮ 'ਤੇ। ਜਦੋਂ ਉੱਥੇ ਅੰਮ੍ਰਿਤ ਛਕਿਆ ਅਤੇ ਗੁਰੂ ਦੀ ਕਿਰਪਾ ਦੇ ਨਾਲ ਮਾਤਾ ਜੀ ਦਾ ਕਹਿਣ ਵੀ ਇੱਥੇ ਤਾਂ ਸਿੰਘ ਬੀਬੀਆਂ ਕਿਹੜੇ ਲੰਗਰ ਸੇਵਾ ਕਰਦੇ ਨੇ, ਭਾਈ ਹੋਰ ਹੀ ਕੁਝ ਹੈ। ਮੈਂ ਮਾਤਾ ਜੀ ਇੱਥੇ ਬੜਾ ਕੁਝ ਹੈ। ਅਤੇ ਫਿਰ ਉਦੋਂ ਬਾਅਦ ਜਦੋਂ ਅੰਮ੍ਰਿਤ ਛਕ ਲਿਆ ਅਤੇ ਮੈਂ ਭਾਈ ਸਵਾਮੀ ਦੇ ਚੁਬਾਰੇ 'ਚ ਗਿਆ, ਵਿਦਾਇਗੀ ਰਹਿਣ ਸਵਾਈ ਕੀਰਤਨ ਸਾਰੀ ਸਮਾਪਤੀ ਹੋ ਗਈ। ਇੰਨੀਆਂ ਸੰਗਤਾਂ ਇਕੱਠੀਆਂ ਹੁੰਦੀਆਂ ਸੀਗੀਆਂ, ਜਿਸ ਵੇਲੇ ਜਾ ਕੇ ਫਤਿਹ ਬੁਲਾਈ ਅਤੇ ਮੈਂ ਉਹਨਾਂ ਨੂੰ, ਕਹਿੰਦੇ ਮੈਨੂੰ ਉਹਨਾਂ ਨੇ ਫਿਰ ਇੱਕੋ ਹੀ ਗੱਲ ਕਹੀ, ਕਹਿੰਦੇ ਕਿਉਂ ਹੁਣ ਤੇਰੀ ਪੂਰੀ ਹੋ ਗਈ? ਪਹਿਲਾਂ ਤਾਂ ਮੈਂ ਹੈਰਾਨ ਹੋ ਗਿਆ ਵੀ ਇਹਨਾਂ ਨੂੰ ਕੀ ਪਤਾ। ਚਲੋ ਫਿਰ ਮੈਂ ਦੇਖਿਆ ਵੀ ਇਹਨਾਂ ਤੋਂ ਭੁੱਲਿਆ ਕੀ ਹੈ। ਮੈਂ ਹਾਂ ਜੀ ਦੇਖੋ ਤੁਸੀਂ ਕਿਹੜਾ ਮੈਨੂੰ ਬੁਲਾਉਂਦੀ, ਉਹਨਾਂ ਨੇ ਮਾਤਾ ਜੀ ਸ਼ਰਨ ਕੌਰ ਨੇ ਕਿਹਾ ਸੀ ਨਾ ਵੀ ਅਰਦਾਸ ਕਰਿਆ ਕਰ ਵੀ ਇਸ ਤਰ੍ਹਾਂ ਦਾ। ਫਿਰ ਭਾਈ ਸਾਉਣੀਆਂ ਨੇ ਮੋਹਰ ਲਾਤੀ ਉੱਥੇ, ਕਹਿੰਦੇ ਹੁਣ ਹੋ ਗਈ ਤੇਰੀ ਪੂਰੀ ਸਾਰੀ। ਚਲੋ ਮੁੱਖ ਦੀ ਗੱਲ ਇਹੀ ਹੈ ਵੀ ਸੱਚੇ ਪਾਤਸ਼ਾਹ ਨੇ ਫਿਰ ਸਾਰਾ ਪਰਿਵਾਰ ਇੱਕ ਵਾਰੀ ਤਾਂ ਇੱਕ ਰਸ ਇੱਕ ਟੱਕ ਸਾਰਾ
ਪੰਜੇ ਭਰਾ ਚਾਰੇ ਭੈਣਾਂ ਅਤੇ ਬਾਕੀ ਮਾਤਾ ਪਿਤਾ ਸਾਰੇ ਅੰਮ੍ਰਿਤਧਾਰੀ ਬਣ ਗਏ। ਫਿਰ ਮੇਰੇ ਨਾਂ ਦੇ ਕਈ ਪਿੰਡ ਵਿੱਚ ਹੋਰ ਵੀ ਸੀ, ਅਤੇ ਜੇ ਕਿਸੇ ਨੇ ਬਾਹਰੋਂ ਅੰਦਰ ਆਉਣਾ ਵੀ ਜਾਗਰ ਸਿੰਘ ਕੋਲ ਜਾਣਾ, ਉਹ ਕਹਿੰਦੇ ਕਿਹੜੇ ਸਿੱਖਾਂ ਦੇ ਕਿ ਦੂਜੇ, ਯਾਨੀ ਸਿੱਖਾਂ ਦਾ ਘਰ ਵੱਜਣ ਲੱਗ ਗਿਆ। ਗੁਰੂ ਦੀ ਕਿਰਪਾ ਨਾਲ ਫਿਰ ਉਹਨਾਂ ਦੇ ਪਵਿੱਤਰ ਹੱਥਾਂ ਨਾਲ ਹੀ ਭਾਈ ਮੇਰੀ ਅਪੁਆਇੰਟਮੈਂਟ ਹੋਈ ਐਜ ਏ ਟੀਚਰ, ਅਤੇ ਉੱਥੇ ਕੁਮਾਰ ਹੱਟੀ ਮੈਂ ਉਹਨਾਂ ਕੋਲ ਫਿਰ ਦੋ ਵਾਰੀ ਰਿਹਾ ਚਾਰ ਪੰਜ ਮਹੀਨੇ। ਅਤੇ ਜਿਸ ਵੇਲੇ ਵੀ ਉੱਥੇ ਫਿਰ ਇੱਕ ਕੋਈ ਆਤਮਾ ਸਿੰਘ ਪੰਜੋਖਰ ਆਏ, ਉਹ ਭਾਈ ਸਾਹਿਬ ਦੇ ਬੜੇ ਨਿਕਟ ਵਰਤੀ ਸੀ, ਬੀਬੀ ਉਪਦੇਸ਼ ਕੌਰ ਦੇ ਆਨੰਦ ਕਾਰਜ ਅਵਤਾਰਾ ਸਿੰਘ ਉਹਨਾਂ ਦੇ ਲੜਕੇ ਨੂੰ ਹੋਏ ਸੀ, ਉਹਨਾਂ ਨੂੰ ਅਸੀਂ ਜਲ ਪਾਣੀ ਸਿਖਾਉਂਦੇ ਸੀ। ਕਹਿੰਦੇ ਕਿ ਇਹ ਭਚੰਗੀ ਹੈ ਕਿਹੜਾ, ਵੀ ਇਹਦਾ ਸਾਰਾ ਪਰਿਵਾਰ ਗੁਰਸਿੱਖ ਹੈ, ਇਹ ਭਾਈ ਸਾਹਿਬ ਦੀ ਗੱਲ ਹੈ। ਅਤੇ ਫਿਰ ਉਦੋਂ ਬਾਅਦ ਕੁਮਾਰ ਹੱਟੀ ਤੋਂ ਸਮਝ ਲਓ ਤੁਸੀਂ ਗੁਰੂ ਦੀ ਕਿਰਪਾ ਨਾਲ, ਫਿਰ ਤਾਂ ਤੁਸੀਂ ਗੱਲ ਹੀ ਛੱਡ ਦਿਓ, ਬਈ ਕਿਹੜੇ ਕੱਚੇ ਸੀ ਹਾਂ ਕਚੜਿਆਂ ਸੰਤੋਰ ਢੂੰਡ ਸੱਜਣ ਸੰਤ ਪੱਕੇ, ਉਹਨਾਂ ਨਾਲ ਭਾਈ ਢਿੱਲਾ ਮੱਠਾ ਹੋ ਗਿਆ ਸਾਰਾ ਕੰਮ। ਉਹ ਕਬੀਰ ਸਾਹਿਬ ਦਾ ਸ਼ਬਦ ਆਉਂਦਾ ਨਾ ਬਾਣੀ 'ਚ, ਜੈ ਜੈ ਹੋਂ ਫਿਰ ਕਉਤ ਗਠਾਓ ਠਾਏ ਇੱਕ ਰਾਮ ਸੁਨੇਹੀ ਬਾਹਰਾ ਗੁੱਜਰ ਮੇਰਾ ਪਾਏ। ਅੱਜ ਤੱਕ ਗੁਰੂ ਦੀ ਕਿਰਪਾ ਨਾਲ ਤੁਸੀਂ ਦੇਖ ਲਓ 90 ਮਾਵਾਂ ਨੂੰ ਲੱਗਿਆ ਹੋਇਆ, ਜਿੱਥੇ ਆਹ ਕਲਚਰ ਪ੍ਰੋਗਰਾਮ ਊਟ ਪਟਾਂਗ ਹੁੰਦੇ ਨੇ ਕਿਤੇ ਨਹੀਂ ਮੇਰੇ ਜਾਣ ਦੀ ਰੁਚੀ ਬਣਦੀ। ਅਤੇ ਬਾਕੀ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜਿੰਨਾ ਚਿਰ 1961 'ਚ ਭਾਈ ਸਾਹਿਬ ਸੱਚਖੰਡ ਨੂੰ ਗਏ, ਅਤੇ ਉਹ ਸੁਦੀ ਸੱਤੇ ਦਾ ਸਮਾਗਮ ਮੈਂ ਭਾਵੇਂ ਕਿਤੇ ਵੀ ਬਾਂਗਰ 'ਚ ਪੜ੍ਹਾਉਂਦਾ ਸੀ ਜਾਂ ਕਿਤੇ ਉੱਥੇ, ਉਹ ਮਿਸ ਨਹੀਂ ਹੋਇਆ। ਫਿਰ ਤਾਂ ਸੰਗਤ ਭਾਈ ਗੁਰਸਿੱਖਾਂ 'ਚ ਹੀ ਰਹੀ ਹੈ। ਗੁਰੂ ਸੱਚੇ ਪਾਤਸ਼ਾਹ ਹੁਣ ਵੀ ਅਰਦਾਸ ਬੇਨਤੀ ਇਹੀ ਕਰੀ ਜਾਵੇ, ਸੱਚੇ ਪਾਤਸ਼ਾਹ ਜਦੋਂ ਸਮਾਂ ਆਵੇ ਆਪਦੇ ਚਰਨਾਂ 'ਚ ਤੇਰੇ ਨਿਵਾਸ ਬਖਸ਼ੀ, ਸਭ ਅਵਗੁਣ ਅਤੇ ਭਰੇ ਹੋਇਆ ਅਵਗੁਣਾਂ ਨਾਲ, ਪਰ ਤੂੰ ਤੇਰੇ ਨਾਮ ਤਰੀਕ ਸਿੱਖਾਂ ਸੱਚੇ ਪਾਤਸ਼ਾਹ ਕਿਰਪਾ ਕਰਨ। ਇਸ ਤਰ੍ਹਾਂ ਦਾ ਹੁਣ ਅੱਜ ਤੁਸੀਂ ਦੇਖ ਲਓ ਗੁਰੂ ਦੀ ਕਿਰਪਾ ਦੇ ਨਾਲ 1 ਅਕਤੂਬਰ 1927 ਤੋਂ 1 ਅਕਤੂਬਰ ਨੂੰ 90 ਮਾਹ ਲੱਗਿਆ ਹੋਇਆ, ਉਹਦਾ ਸ਼ੁਕਰ ਹੈ। ਨਿਤਨੇਮ ਨਿਭੀ ਜਾਂਦਾ, ਦਰਸ਼ਨ ਦੁਆਰੇ ਸੱਚੇ ਪਾਤਸ਼ਾਹ ਦੇ ਘਰਾਂ 'ਚ ਪ੍ਰਕਾਸ਼ 4 ਭਚੰਗੇ ਨੇ, 3 ਘਰਾਂ 'ਚ ਪ੍ਰਕਾਸ਼ ਹੈ, ਅਤੇ ਅੰਮ੍ਰਿਤ ਵੇਲੇ ਜਾਗਣਾ ਅਤੇ ਫਿਰ ਥੋੜ੍ਹਾ ਕਹਿਣਾ ਜਿੰਨਾ ਵੀ ਭਾਵੇਂ 2 ਮਿੰਟ ਸਿਮਰਨ, ਫਿਰ ਸਾਰਾ ਨਿਤਨੇਮ, ਫਿਰ ਕੁਛ ਛਕਣਾ, ਫਿਰ ਮਹਾਰਾਜ ਸਾਹਿਬ ਦੇ ਦਰਸ਼ਨ ਦੁਆਰੇ ਕਰਕੇ ਫਿਰ ਕੁਛ ਛਕਣਾ। ਇਹ ਸਾਰੀ ਉਹਦੀ ਬਖਸ਼ਿਸ਼ ਹੈ, ਇਹ ਸਾਰੀ ਵਡਿਆਈ ਸਤਿਗੁਰ ਦੀ ਹੈ। ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਭਾਈ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ, ਜੋ ਗੁਰਚਰਨੀ ਸਿੱਖ ਪੜ੍ਹਦੇ ਹਾਂ, ਸਭ ਤੋਂ ਵੱਡੀ ਖੇਡ ਇਹ ਹੈ, ਗੁਰਸਿੱਖੀ ਤੋਂ ਬਗੈਰ ਹੋਰ ਕੋਈ ਚੀਜ਼ ਨਾਲ ਜਾਣ ਵਾਲੀ ਨਹੀਂ ਹੈਗੀ। ਗੁਰਬਾਣੀ ਦਾ ਅੱਖਰ ਦੱਸੀ ਜਾਂਦਾ ਵੀ ਜੋ ਆਪਾਂ ਰਾਤ ਨੂੰ ਸੋਹਿਲਾ ਸਾਹਿਬ ਦਾ ਪਾਠ ਕਰਦੇ ਹਾਂ ਪੈਣ ਵੇਲੇ, ਫਿਰ ਉਹ ਹੁਕਮ ਆਉਂਦਾ ਨਾ ਸੱਚੇ ਪਾਤਸ਼ਾਹ ਦਾ ਕਿ ਸੋਹਲੇ ਵਿੱਚ ਕਿਹੜਾ ਹੁਕਮ ਆਉਂਦਾ ਹੈ, ਵੀ ਤੇਰਾ ਇਹਾਂ ਖਾਟ ਚਲੋ ਹਰ ਲਾਹਾ ਆਗੇ ਬਸਨ ਸੋਹੇਲਾ। ਇਸ ਤਰ੍ਹਾਂ ਦੇ ਭਾਵ ਦੇ ਬੇਅੰਤ ਬਾਣੀ ਦਾ ਅੱਖਰ ਅੱਖਰ ਇਹਨੂੰ ਜਗਾਉਂਦੇ ਹਨ ਵੀ ਤੂੰ ਸੁੱਤਿਆ ਨਾ ਰਹਿ, ਤੇਰੇ ਨਾਲ ਕਿਸੇ ਨੇ ਨਹੀਂ ਜਾਣਾ। ਨੌਵੇਂ ਪਾਤਸ਼ਾਹ ਦਾ ਸ਼ਬਦ ਆਉਂਦਾ ਨਾ, ਜੋ ਤੁਹਾਨੂੰ ਭਜੋ ਸੰਗ ਹੀ ਸੋ ਵੀ ਸੰਗ ਨਾ ਹੋਇਆ, ਜਨਮ ਹੋਏ ਤਾਂ ਇਹਦੇ ਨਾਲ ਸਰੀਰ ਆਉਂਦਾ ਹੈ ਅਤੇ ਬਾਕੀ ਕੁਝ ਨਹੀਂ ਜਾਂਦਾ, ਸਭ ਕੁਝ ਧਰਿਆ ਹੀ ਰਾਹੀਂ, ਅਤੇ ਇਹਾਂ ਖਾਟ ਚਲੋ ਹਰ ਲਾਹਾ ਆਗੇ ਬਸਨ ਸੋਹੇਲਾ। ਸਭ ਤੋਂ ਵੱਡੀ ਭਾਈ ਇਹੀ ਗੱਲ ਹੈ, ਸੱਚੇ ਪਾਤਸ਼ਾਹ ਕਿਰਪਾ ਕਰਨ, ਉਹਨਾਂ ਦੀ ਬਖਸ਼ੀ ਹੋਈ ਗੁਰਸਿੱਖੀ ਦਾ ਕੇਸਾਂ ਅਤੇ ਸਵਾਸਾਂ ਨਾਲ ਨਿਭ ਜਾਵੇ, ਇਹੀ ਅਰਦਾਸ ਹੈ, ਹੋਰ ਇੱਥੇ ਕੁਝ ਨਹੀਂ। ਬਾਕੀ ਉਹ ਆਪਣੇ ਬੱਚਿਆਂ ਦੀ ਆਪੇ ਆਪਣੇ ਦਾਸ ਕੋ ਕੰਠ ਲਾਏ ਰੱਖਿਆ, ਜਿਉਂ ਬਾਰਕ ਪਿਤਾ ਮਾਤਾ, ਸੱਚੇ ਪਾਤਸ਼ਾਹ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਕ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈਂ ਤਾਂ ਪੋ ਕਿਹਾ ਕਾੜਾ ਜੀ। ਉਹ ਬਾਣੀ ਦਾ ਅੱਖਰ ਅੱਖਰ ਇਹਨੂੰ ਜਗਾਉਂਦਾ ਭਾਈ, ਖੱਟ ਲਾ, ਖੱਟਣਾ ਕੀ ਹੈ, ਨਾ ਬਾਣੀ ਦਾ ਲਾਹਾ ਲੈ ਲਾ, ਅਤੇ ਬਾਕੀ ਆਇਓ ਸੁਣ ਪਣ ਕੋ ਬਾਣੀ ਅਤੇ ਸੱਚੇ ਪਾਤਸ਼ਾਹ ਦੀ ਕਿਰਪਾ। ਹੋਰ ਕੋਈ ਚੀਜ਼ ਨਹੀਂ ਚੰਗੀ ਲੱਗਦੀ, ਕਿਹੜੇ ਲੋਕ ਭੈੜੇ ਗਾਣੇ ਊਟ ਪਟਾਂਗ, ਉਹਨਾਂ ਵਿੱਚ ਮਨ ਰੱਤੀ ਵੀ ਨਹੀਂ ਲੱਗਦਾ। ਅਤੇ ਇੱਥੇ ਜਿੱਥੇ ਫਿਰ ਉਹ ਕਬੀਰ ਸਾਹਿਬ ਦਾ ਦੁਬਾਰਾ ਫਿਰ ਮੈਂ ਬੇਨਤੀ ਕਰਨ ਲੱਗਿਆ, ਜਹ ਜਹ ਹੋਂ ਫਿਰ ਉਹ ਕਉਤ ਗਠਾਓ ਠਾਏ ਇੱਕ ਰਾਮ ਸੁਨੇਹੀ ਬਾਹਰਾ ਉਜਰ ਮੇਰਾ ਪਾਏ, ਜਿੱਥੇ ਨਾਮ ਬਾਣੀ ਨਹੀਂ ਹੈਗੀ, ਕਹਿੰਦੇ ਕਬੀਰ ਸਾਹਿਬ ਕਹਿੰਦੇ ਉਹ ਤਾਂ ਉਜਾੜ ਹੀ ਹੈ। ਇਹ ਇਹ ਸੱਚੇ ਪਾਤਸ਼ਾਹ ਭਾਈ ਕਿਰਪਾ ਕਰਨ, ਗੁਰਸਿੱਖੀ ਦਾਤ ਹੈ ਕਿਹੜੀ, ਉਹਦੀ ਬਖਸ਼ੀ ਹੋਈ, ਇਹ ਤਾਂ ਬੜੀ ਉੱਚੀ ਹੈ। ਜਦੋਂ ਫਿਰ ਪੜ੍ਹਦੇ ਹਾਂ ਸੱਚੇ ਪਾਤਸ਼ਾਹ, ਉਹ ਫਿਰ ਕੋਈ ਖੜ੍ਹ ਨੂੰ ਥਾਂ ਨਹੀਂ, ਜਿੱਥੇ ਆਉਂਦਾ ਦੱਸਦੇ ਨੇ ਨਾ ਵੀ ਸੱਚੇ ਪਾਤਸ਼ਾਹ ਥਾਂ ਥਾਂ ਆਨੰਦ ਸਾਹਿਬ 'ਚ ਵੀ ਜਿਉਂਦਾ, ਵੀ ਉੱਥੇ ਜਿਹੜੇ 10 ਗੁਰਦੁਆਰਾ ਹੈ ਜਿਨ੍ਹਾਂ ਦਾ ਪ੍ਰਕਾਸ਼ ਹੈ ਭਾਈ, ਉਹਨਾਂ ਦੀ ਧੂੜੀ ਮੰਨਦੇ ਹਾਂ। ਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ ਤਹਿਤ, ਇਹ ਬੜੀ ਖੇਡ ਉੱਚੀ ਸੁੱਚੀ ਹੈ ਸੱਚੇ ਪਾਤਸ਼ਾਹ ਦੀ, ਜੇ ਕੋਈ ਕਹੇ ਤਾਂ। ਕਿਉਂ ਅਸੀਂ ਤਾਂ ਕਲਯੁੱਗ ਜੀ ਮੈਂ ਸਵਾਸ ਸਵਾਸ ਹੀ ਭਰਦੇ ਹਾਂ,
ਏਤਾ ਸੁਣ ਸਕ ਨੀਰ ਭਰਿਆ ਤੇਤੇ ਹਮਾਰੇ ਦਇਆ ਕਰੋ ਕਸ਼ਮੀਰ ਪਾਵੋ ਡੁੱਬਦੇ ਪਰ ਇੱਕ ਗੱਲ ਜ਼ਰੂਰ ਹੈ ਮਾਣ ਹੈਗਾ ਵੀ ਤੇਰੇ ਹਾਂ ਤੇਰੇ ਹਾਂ ਸੱਚੇ ਪਾਤਸ਼ਾਹ ਬਖਸ਼ ਲਾ ਫਿਰ ਇਹ ਰੋਜ਼ ਮੈਂ ਅਰਦਾਸ ਜਦੋਂ ਕਰਦਾ ਇਹ ਸ਼ਬਦ ਜ਼ਰੂਰ ਪੜ੍ਹਦਾ ਇਹ ਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਨਾਮ ਬਾਣੀ ਆਉਂਦਾ ਨਾ ਵਾਹਿਗੁਰੂ ਵਾਹਿਗੁਰੂ ਸਭ ਵੀ ਇਹ ਕਿਹੜੀ ਖੇਡ ਹੈਗੀ ਹੈ ਅਤੇ ਹਰਨਾਖੀ ਕੁ ਸੱਚ ਬੈਂਡ ਸੁਣੋ ਜੋ ਤੋ ਕਰੇ ਉਦਾਹਰਨ ਸੁੰਦਰ ਬਚਨ ਤੁਮ ਸੁਣੋ ਛਬੀਲੀ ਫਿਰ ਤਾਂ ਐਡਾ ਮਨ ਸਾਧਾਰਨ ਦੁਰਜਨ ਸੇਤੀ ਦਿਓ ਨਿਹੋ ਰਚਾਇਓ ਦਸ ਵਿਖਾ ਮੈਂ ਕਾਰਨ ਊਣੀ ਨਾਹੀਂ ਝੂਣੀ ਨਾਹੀਂ ਨਾਹੀਂ ਕਿਸੇ ਦੀ ਊਣੀ ਫਿਰ ਛੈਲ ਛਬੀਲਾ ਛੱਡ ਗਵਾਇਓ ਦੁਰਮਤ ਕਰੋ ਪਹਿਨਾਉਣੀ ਨਾ ਹੋ ਭੁੱਲੀ ਨਾ ਹੋ ਚੁੱਕੀ ਨਾ ਮੈਂ ਨਾ ਹੀ ਦੋਸ਼ਾ ਜੇ ਤਹੋਂ ਲਾਈ ਤੇ ਤਹੋਂ ਲੱਗੀ ਤੂੰ ਸੁਣ ਸੱਚ ਸੁਨੇਸਾ ਸਾਈ ਸੁਹਾਗਣ ਸਾਈ ਭਾਗਣ ਜੈ ਪੇ ਕਿਰਪਾ ਤਾਰੀ ਫਿਰ ਅਵਗੁਣ ਤਿਸਕੇ ਸਭ ਗਵਾਏ ਗਲ ਸੇਤੀ ਲਾਏ ਸੁਹਾਰੀ ਕਰਮਹੀਣ ਤਨ ਕਰੇ ਬੇਨੰਤੀ ਕਦ ਨਾਨਕ ਆਵੈ ਬਾਰੀ ਸਭ ਸੁਹਾਗਣ ਮਾਣੇ ਰਲੀਆਂ ਇੱਕ ਦੇਵੋ ਰਾਤ ਮਰਾਰੀ ਇਹ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਸੁਹਾਸੋ ਦਾ ਸਿੰਘ ਬਖਸ਼ਣ ਜਦੋਂ ਅੰਤ ਸਮਾਂ ਆਵੇ ਉਦੋਂ ਵੀ ਸਿਰ ਦੇ ਅੰਦਰ ਵਾਹਿਗੁਰੂ 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 ਧੁਨੀ ਸਿਰ ਦੇ ਅੰਦਰ ਹੋਵੇ ਇਹ ਸੱਚੇ ਪਾਤਸ਼ਾਹ ਦੇ ਹੱਥੇ ਡੋਰੀ ਆਪਦੇ ਬੱਚਿਆਂ ਦੇ ਆਪੇ ਹੀ ਰਾਖੀ ਕਰਦਾ ਹੈ ਆਪਣੇ ਦਾਸ ਕੰਠ ਲਾਏ ਰੱਖਾ ਜਿਉਂ ਬਾਰਕ ਪਿਤ ਮਾਤਾ ਇੰਨਾ ਕੁਝ ਕਹਿੰਦਾ ਹੋਇਆ ਮੈਂ ਸੱਚੇ ਪਾਤਸ਼ਾਹ ਕਿਰਪਾ ਕਰਨੀ ਇੱਕ ਗੱਲ ਫਿਰ 31-32 ਸਾਲ ਪੜ੍ਹਾਇਆ ਜਿੱਥੇ ਵੀ ਸਕੂਲਾਂ ਵਿੱਚ ਤੁਹਾਨੂੰ ਦੱਸ ਨਹੀਂ ਸਕਦੇ ਇੰਨਾ ਉੱਥੇ ਕੋਈ ਨਾ ਕੋਈ ਜਿਹਨਾਂ ਦੇ ਬੱਚੇ ਨਹੀਂ ਵੀ ਪੜ੍ਹਦੇ ਸੀ ਉਹਨਾਂ ਵਿੱਚੋਂ ਇਹੋ ਜਿਹੇ ਗੁਰਮੁਖਾਂ ਦਾ ਮੇਲ ਹੋ ਜਾਣਾ ਮੈਨੂੰ ਕਿਤੇ ਤਕਲੀਫ ਨਹੀਂ ਹੋਣ ਦਿੱਤੀ ਚੜ੍ਹਦੀ ਕਲਾ ਰਹੀ ਹੈ ਕਿਉਂਕਿ ਭਾਈ ਸਿੰਘ ਦੇ ਪਵਿੱਤਰ ਹੱਥਾਂ ਨਾਲ ਹੀ ਮੈਂ ਟੀਚਰ ਬਣਿਆ ਗੁਰੂ ਦੀ ਕਿਰਪਾ ਨਾਲ ਸਾਡੇ ਉਹ ਪੋਸਟ ਖਾਲੀ ਹੋ ਗਈ ਮੈਂ ਨਾਰੰਗਵਾਲ ਗਿਆ ਮੇਰੇ ਮਨ 'ਚ ਆਇਆ ਵੀ ਮੈਂ ਇੱਥੇ ਖਾਲੀ ਪੋਸਟ ਹੋ ਗਈ ਵੀ ਇੱਥੇ ਮੈਨੂੰ ਟੀਚਰ ਪਵਾ ਦੇਣ ਜਿਸ ਵੇਲੇ ਮੈਂ ਗਿਆ ਜਾ ਕੇ ਉੱਥੇ ਨਾਰੰਗਵਾਲ ਗਿਆਨੀ ਮੋਲ ਸੋਹਣੀ ਉਹ ਸੁਦੀ ਸੱਤਿਆਂ ਦਾ ਸਮਾਗਮ ਹੋਣਾ ਸੀ ਉਹ ਸੱਚੇ ਪ੍ਰਕਾਸ਼ ਉੱਪਰ ਚੁਬਾਰੇ ਵਿੱਚ ਹੋਣਾ ਸੀ ਉੱਥੇ ਮਤਲਬ ਹੈ ਗੁਰਬਾਣੀ ਦੇ ਤੁਕ ਲਾਉਂਦੇ ਸੀ ਭਾਈ ਸੋਹਣੀ ਦਾ ਹੱਛਣ ਦਾ ਸੁਭਾਅ ਸੀ ਜਦੋਂ ਮੈਂ ਗਿਆ ਕਹਿੰਦੇ ਬੀਬੀ ਇੱਕ ਲੰਬਾ ਹੋਰ ਆ ਗਿਆ ਇਹਨੂੰ ਵੀ ਲਾਓ ਅੰਦਰ ਅਤੇ ਫਿਰ ਮੈਂ ਕਿਹਾ ਜੀ ਸਾਡੇ ਪੋਸਟ ਹੈ ਵੀ ਐਂ ਕਰਕੇ ਮੈਨੂੰ ਉੱਥੇ ਲਾ ਦੇ ਫਿਰ ਕਹਿੰਦੇ ਲਿਆ ਵੀ ਲੈਟ ਪੈਡ ਇਹਨੇ ਹੁਣ ਟੀਚਰ ਬਣਨਾ ਜਦੋਂ ਇੰਨੀ ਗੱਲ ਕਹੀ ਅਤੇ ਬਾਕੀ ਉਹਦੇ ਲਿਖਣ ਲੱਗੇ ਮਹਾ ਗਿਆਨ ਸਮਰਾੜਾ ਅਤੇ ਕਹਿੰਦੇ ਤੈਨੂੰ ਉੱਥੇ ਪੂਰਨ ਸਿਉਂ ਤੁਹਾਡੇ ਜ਼ਿਲ੍ਹਾ ਬਰਨਾਲੇ 'ਚ ਗੁਰੂ ਦੀ ਕਿਰਪਾ ਨਾਲ ਮੇਰੇ ਹੀ ਲਵਾਇਆ ਉਹਦੇ ਕੋਲ ਹੀ ਚਲਿਆ ਜਾ ਉਹੀ ਤੇਰਾ ਕੰਮ ਕਰਾ ਦੂੰ ਚੱਲ ਮੁੱਖ ਦੀ ਗੱਲ ਇਹ ਹੋਈ ਫਿਰ ਉੱਥੇ ਮੇਰੀ ਐਜ ਏ ਟੀਚਰ ਅਪੁਆਇੰਟਮੈਂਟ ਕੋਲ ਸਿੰਘ ਵਾਲੇ ਹੋ ਗਈ ਜਿੱਥੇ ਜਿੱਥੇ ਵੀ ਗੁਰੂ ਭੇਜੇ ਉਹਨਾਂ ਦੇ ਪਵਿੱਤਰ ਹੱਥਾਂ ਨਾਲ ਹੀ ਅਪੁਆਇੰਟਮੈਂਟ ਐਜ ਏ ਟੀਚਰ ਬਣਿਆ 31-32 ਸਾਲ ਉੱਥੇ ਪੜ੍ਹਾਇਆ ਫਿਰ ਪਰੀ ਮਚਾਰਟ ਰਿਟਾਇਰਮੈਂਟ ਲੈ ਕੇ ਗੁਰੂ ਦੀ ਕਿਰਪਾ ਨਾਲ ਇੱਥੇ ਆ ਗਏ ਅਤੇ ਉੱਥੇ ਫਿਰ ਇੱਕ ਹੋਰ ਖੇਡ ਵਰਤੀ ਹਰ ਮਹੀਨੇ ਜਦੋਂ ਮੈਂ ਛਾਪੇ ਪੜ੍ਹਾਉਂਦਾ ਸੀ ਉੱਥੇ ਮਹੰਤ ਕੋਲਡ ਹੈਗੇ ਸੀ ਉਹਨਾਂ ਨੇ ਕਸ਼ਮੀਰ ਦੇ ਵਿੱਚ ਭਾਈ ਸੋਹਣੀਆਂ ਤੋਂ ਇਹ ਸ਼ਬਦ ਸੁਣਿਆ ਸੀ ਪ੍ਰਭ ਤੇਰੇ ਪੱਗ ਕੀ ਧੂਰ ਅਤੇ ਉੱਥੇ ਉਹਨਾਂ ਨੇ ਛਾਪੇ ਉਜਾਗਰ ਸੁਨਾਮੀ ਸੀ ਉਹ ਅਖੰਡ ਪਾਠ ਦੀ ਰੌਲ ਲਾਵੇ ਮੇਰੇ ਕੋਲ ਆ ਗਿਆ ਸਕੂਲ 'ਚ ਮੈਂ ਕਿਹਾ ਭਾਈ ਤੇਰਾ ਨਾਮ ਵੀ ਉਜਾਗਰ ਸਿੰਘ ਵੀ ਤੂੰ ਅੰਮ੍ਰਿਤ ਛਕਿਆ ਨਹੀਂ ਹਾਲ ਦੇ ਕਹਿੰਦਾ ਨਹੀਂ ਜੀ ਫਿਰ ਉਹਨੂੰ ਮੈਂ ਬੇਨਤੀ ਕਰੀ ਉਹ ਕਹਿੰਦਾ ਠੀਕ ਹੈ ਫਿਰ ਉਹਨੇ ਆ ਕੇ ਬਹੁਤ ਸੁਧੀ ਸੱਤੇ ਨੂੰ ਪਾਈ ਇੱਥੇ ਅੰਮ੍ਰਿਤ ਛਕ ਲਿਆ ਛਾਪੇ ਅਤੇ ਫਿਰ ਉਹ ਕਹਿੰਦਾ ਆਪਾਂ ਇੱਥੇ ਰਹਿਣ ਸਵਾਈ ਕਰਾਓ ਫਿਰ ਉੱਥੇ ਰਹਿਣ ਸਵਾਈ ਸਮਾਗਮ ਛਾਪੇ ਹੋਇਆ ਇਹ 57-58 ਦੀ ਗੱਲ ਹੈ 1900 ਦੀ ਜਦੋਂ ਉੱਥੇ ਆਇਆ ਉਹ ਕੋਤਰੀ ਚੱਲੀ ਸੀ ਕਰੋੜ ਉਹ ਜਿਹੜੇ ਹੈਗੇ ਸੀ ਮਹੰਤ ਮੁਕੰਦ ਸੋਹਣੀ ਉਹ ਆ ਗਏ ਉਹਨਾਂ ਨੇ ਸੁਣਿਆ ਫਿਰ ਉਹਨਾਂ ਨੇ ਮੈਨੂੰ ਜਦੋਂ ਮੈਂ ਉੱਥੇ ਭੋਗ ਪਿਆ ਕੋੜ ਕੁਦਰਤੀ ਗਿਆ ਤਾਂ ਇਕੱਲੇ ਉੱਠ ਕੇ ਆ ਗਏ ਕਹਿੰਦੇ ਕਿਸੇ ਕੀਮਤ ਉੱਪਰ ਇੱਥੇ ਵੀ ਰਹਿਣ ਸਵਾਈ ਕਰਾ ਸਕਦੇ ਹੋ ਕਹਿੰਦੇ ਮੈਂ ਕਸ਼ਮੀਰ 'ਚ ਭਾਈ ਸੁਣਿਆ ਅਤੇ ਉੱਪਰ ਤੇਰੇ ਕੀ ਤੂਰੇ ਸ਼ਬਦ ਸੁਣਿਆ ਸੀ ਮੇਰੇ ਤਾਂ ਜਦੋਂ ਕਹਿੰਦੇ ਧਿਆਨ ਆ ਜਾਂਦਾ ਕੰਨਾਂ 'ਚ ਹੁਣ ਵੀ ਗੂੰਜੀ ਜਾਂਦਾ ਮੈਂ ਕਿਹਾ ਕੀਮਤ ਕੀ ਹੈ ਕੀਮਤ ਇਹ ਹੈ ਨਾਰੰਗਵਾਲ ਸਮਾਗਮ ਹੋਣਾ ਤੁਸੀਂ ਉੱਥੇ ਆ ਜਿਓ ਮੈਨੂੰ ਵੀ ਚਾਅ ਸੀ ਵੀ ਉੱਥੇ ਆਪਾਂ ਬੇਨਤੀ ਕਰ ਦਾਂਗੇ ਵੀ ਉੱਥੇ ਸਮਾਗਮ ਚਲੋ ਉਹ ਉੱਥੇ ਨਾਰੰਗਵਾਲ ਆ ਗਏ ਨਾਰੰਗਵਾਲ ਆ ਕੇ ਜਦੋਂ ਰਹਿਣ ਸਵਾਈ ਦੀ ਸਮਾਪਤੀ ਹੋਈ ਅਤੇ ਚੜ੍ਹਦੀ ਕਲਾ ਵਿੱਚ ਉਹਨਾਂ ਦੇ ਨਾਲ ਇੱਕ ਦੋ ਸਿੰਘ ਹੋਰ ਹੈਗੇ ਸੀ ਕੁੱਡ ਦੇ ਮੈਂ ਬੇਨਤੀ ਕਰਤੀ ਵੀ ਐਂ ਕਰਕੇ ਭਾਈ ਕੁੱਡ ਸਮਾਗਮ ਰਹਿਣ ਸਵਾਈ ਦਾ ਇਹ ਕੁੱਡ ਜ਼ਿਲ੍ਹਾ ਬਰਨਾਲੇ ਵਿੱਚ ਹੈ ਅਤੇ ਉੱਥੋਂ 10-15-20 ਮੀਲ ਹੈ ਅਤੇ ਰਾਏਕੋਟ ਅਤੇ ਮਲੇਰਕੋਟਲਾ ਵੀ ਸੈਂਟਰ 'ਚ ਆ ਜਾਂਦਾ ਮਤਲਬ ਇਹ ਜਿਸ ਵੇਲੇ ਇਹ ਚੀਜ਼ ਹੋਈ
ਤੇ ਉੱਥੇ ਉਹ ਫਿਰ ਪ੍ਰੋਫੈਸਰ ਦਰਸ਼ਨ ਸਿੰਘ ਅਤੇ ਉਹਨਾਂ ਦਾ ਭਰਾ ਦੂਜਾ ਹਰਦਿਆਲ ਸਿੰਘ, ਦੋਨੇ ਚਿੱਟੀਆਂ ਦਸਤਾਰਾਂ ਸਜਾਈਆਂ ਸੀ, ਇਹਨਾਂ ਨੇ ਵੀ ਕੀਰਤਨ ਕੀਤਾ। ਜਿਸ ਵੇਲੇ ਉਹਨਾਂ ਨੇ ਉੱਥੇ ਪ੍ਰਵਾਨਗੀ ਦਿੱਤੀ ਵੀ ਹਾਂ ਗੱਜ ਵੱਜ ਕੇ ਵੀ ਕੁੜ ਸਮਾਗਮ ਕਰਾਂਗੇ, ਅਤੇ ਉਹ ਨਲਕੇ ਦੇ ਉੱਪਰ ਸੇ ਤੁਹਾਨੂੰ ਇਹ ਧਿਆਨ ਨਾਲ ਸੁਣਾਉਣ ਵਾਲੀ ਗੱਲ ਹੈ। ਅਤੇ ਜਿਸ ਵੇਲੇ ਉਹਨਾਂ ਨੂੰ ਬੇਨਤੀ ਕਰੀ ਦਰਸ਼ਨ ਸੋਹਣੀਆਂ ਨੂੰ ਵੀ ਤੁਸੀਂ ਵੀ ਉੱਥੇ ਦਰਸ਼ਨ ਦਿਓ, ਉਹਨਾਂ ਦਿਨਾਂ 'ਚ ਸਕੂਟਰ ਕਿਸੇ ਬਿਰਲੇ ਕੋਲ ਹੁੰਦਾ, ਸਾਈਕਲਾਂ 'ਤੇ ਜਾਂ ਪੈਦਲ ਆਉਂਦੇ ਹੁੰਦੇ। ਜਦੋਂ ਇੰਨੀ ਬੇਨਤੀ ਕਰੀ ਉਹ ਕਹਿੰਦੇ ਸਾਡੀ ਤਾਂ ਚਾਬੀ ਭਾਈ ਸੋਹਣੀਆਂ ਦੇ ਹੱਥ ਵਿੱਚ ਹੈ, ਅਸੀਂ ਗੁਰਦੁਆਰਾ ਸਿੰਘ ਸਭਾ ਮਾਲ ਟਾਊਨ ਹਰ ਐਤਵਾਰ ਨੂੰ ਉੱਥੇ ਕੀਰਤਨ ਕਰਦੇ ਹਾਂ, ਅਸੀਂ ਬਾਹਰ ਨਹੀਂ ਜਾ ਸਕਦੇ। ਜਦੋਂ ਇੰਨੀ ਗੱਲ ਕਹੀ ਅਤੇ ਉਹ ਫਿਰ ਜਿਵੇਂ ਗੁਰੂ ਨੇ ਕਲਾ ਵਰਤਾਉਣੀ ਹੁੰਦੀ ਆ, ਮੈਂ ਹੁਣ ਭਾਈ ਸੋਹਣੀਆਂ ਕੋਲ ਗੁਰੂ ਦੀ ਕਿਰਪਾ ਦੇ ਨਾਲ ਕੁਮਾਰ ਹੱਟੀ ਦੋ ਵਾਰੀ ਰਹਿ ਕੇ ਆਇਆ, 2-4 ਮਹੀਨੇ ਬੜਾ ਪਿਆਰ ਸੀ ਮੇਰੇ ਨਾਲ ਸਾਰਾ। ਸੁਖੀ ਸਾਹਿਬ ਦਾ ਮੈਂ ਪੜ੍ਹ ਜਾਣ ਸਕੋਲ ਨਿਤਨੇਮ, ਉਹਨਾਂ ਦੇ ਲੈਟਰ ਪੜ੍ਹਨੇ ਅਤੇ ਸੁਣਨੇ, ਲਿਖਣੇ, ਲਿਖ ਕੇ ਸਾਈਨ ਉਹਨਾਂ ਨੇ ਕਰ ਦੇਣੇ ਗੁਰੂ ਦੀ ਕਿਰਪਾ ਦੇ ਨਾਲ। ਫਿਰ ਜਦੋਂ ਮੇਰੇ ਮਨ 'ਚ ਆਇਆ, ਮੈਨੂੰ ਵੀ ਚਾਅ ਸੀ ਵੀ ਇਹ ਕਿਉਂ ਕੋਟ ਮੇਰੇ ਤੋਂ 5-7 ਮੀਲੀ ਆ, ਮੈਂ ਉੱਥੇ ਡੇਲੀ ਛਾਪੇ ਪੜ੍ਹਾਉਣ ਜਾਂਦਾ ਹੁੰਦਾ, ਅਤੇ ਮੇਰੇ ਮਨ 'ਚ ਵੀ ਚਾਅ ਸੀ। ਜਿਸ ਵੇਲੇ ਇਹ ਚੀਜ਼ ਹੋਈ ਅਤੇ ਮੈਂ ਮਹੰਤ ਸਾਹਿਬ ਨੂੰ ਕਿਹਾ, ਮਹਾਂ ਤੁਸੀਂ ਤਿਆਰੀ ਕਰੋ, ਬੇਫਿਕਰ ਹੋ, ਮੈਂ ਜਾਣਾ ਲੁਧਿਆਣੇ ਭਾਈ ਸਿੰਘ ਤੋਂ ਪ੍ਰਵਾਨਗੀ ਲੈ ਕੇ ਆਉਣਾ। ਉਦੋਂ ਚਾਹ ਹੀ ਇਹੋ ਜਿਹਾ ਸੀ, ਸ਼ਮਸ਼ੇਰ ਸਿੰਘ ਮਜਾਰਾ ਸੀ, ਉਹਨਾਂ ਨੇ ਉੱਧਰ ਦੀ ਹੋ ਕੇ ਜਾਣਾ ਸੀ ਆਪਦੇ ਪਿੰਡ ਨੂੰ। ਉੱਥੋਂ ਰਹਿਣ ਸਵਾਈ ਦੀ ਸਮਾਪਤੀ ਤੋਂ ਬਾਅਦ ਲੁਧਿਆਣੇ ਦੀ ਤਿਆਰੀ ਕਰ ਲਈ ਵੀ ਭਾਰਤ ਸਿੰਘ ਉਹਨਾਂ ਦੇ ਮਾਡਲ ਟਾਊਨ, ਉੱਥੇ ਜਾ ਕੇ ਉਹਨਾਂ ਤੋਂ ਪ੍ਰਵਾਨਗੀ ਲੈਣੀ ਹੈ। ਜਿਸ ਵੇਲੇ ਗਏ, ਕੁਦਰਤ ਨੇ ਐਸੀ ਸੁਣੀ, ਬਿਜਲੀ ਗਈ ਹੋਈ ਸੀ, ਅਤੇ ਇੱਕ ਜਣਾ ਤਾਂ ਸਾਡੇ ਵਿੱਚ ਉਹ ਨਹਿਰ ਦੇ ਪੁਲ 'ਤੇ ਮੇਰੇ ਮੂੰਹੋਂ ਨਿਕਲਿਆ, ਭਾਈ ਵੀ ਮੈਂ ਤਾਂ ਪ੍ਰਸ਼ਾਦਾ ਉੱਥੇ ਛਗਿਆ ਹੋਇਆ ਨਾਰੰਗ ਵਾਲ, ਮੈਨੂੰ ਤਾਂ ਭੁੱਖ ਨਹੀਂ ਹੈਗੀ। ਉਹ ਸ਼ਮਸ਼ੇਰ ਸਿੰਘ ਕਹਿਣ ਲੱਗਿਆ, ਕਹਿੰਦਾ ਮੈਨੂੰ ਥੋੜ੍ਹੀ ਜਿਹੀ ਭੁੱਖ ਲੱਗਿਆ ਸੀ। ਜਿਸ ਵੇਲੇ ਅਸੀਂ ਉਹਨਾਂ ਦੀ ਕੋਠੀ ਗਏ, 79 ਨੰਬਰ ਭਾਈ ਸੋਹਣੀਆਂ ਦੇ, ਉੱਥੇ ਲੁਧਿਆਣੇ ਦੀ ਗੱਲ ਆ ਇਹ, ਜਦੋਂ ਉੱਥੇ ਗਏ ਤਾਂ ਫਤਿਹ ਬੁਲਾਈ, ਉਹ ਬਿਜਲੀ ਗਈ ਹੋਈ ਸੀ, ਇੱਕ ਜਣਾ ਮੈਂ ਤਾਂ ਉਹਨਾਂ ਦੀ ਮੁੱਠ ਚਾਪੀ ਸੇਵਾ 'ਚ ਲੱਗ ਗਿਆ, ਉਹ ਪੱਖਾ ਫੜ ਲਿਆ, ਉਹਨੇ ਪੱਖਾ ਫੜ ਲਿਆ। ਅਤੇ ਬਾਕੀ ਫਿਰ ਮੈਂ ਬੇਨਤੀ ਕਰੀ, ਮਹਾਰਾਜ ਜੀ ਦਰਸ਼ਨ ਸੁਣ ਅਤੇ ਹਰਦਿਆਲ ਸੋਹਣੀਆਂ ਨੂੰ ਆਗਿਆ ਦੇ ਦਿਓ, ਐਰੈਂਡ ਸੁਭਾਈ ਗਿਆ ਉੱਥੇ, ਅਤੇ ਬਾਕੀ ਉੱਥੇ ਤਾਂ ਬਾਹਰੋਂ ਧਾਰ ਨਾਲ ਆਉਂਦੇ ਨੇ ਸਾਧ ਸੰਤ, ਅਤੇ ਬਾਕੀ ਅਖੰਡ ਕੀਰਤਨੀ ਜੱਥਾ ਇੱਕ ਸਮਾਗਮ ਛਾਪੇ ਹੋਇਆ, ਦੂਜਾ ਇਹ ਹੋਣਾ। ਅਤੇ ਕਹਿੰਦੇ ਬਹੁਤ ਹੋਣਗੇ, ਉਹਨਾਂ ਦੇ ਮੂੰਹੋਂ ਇਹ ਗੱਲ ਨਿਕਲ ਗਈ, ਕਹਿੰਦੇ ਬਹੁਤ ਹੋਣਗੇ, ਕਹਿੰਦੇ ਜਾ ਦਰਸ਼ਨ ਸੁਣ ਲਿਆ। ਮੈਂ ਭਾਈ ਉਹ ਸਾਈਕਲ ਉਦੋਂ ਨੂੰ ਸਿੱਧਾ ਕਰ ਲਿਆ, ਅਤੇ ਇੱਕ ਗੱਲ ਹੋਰ ਕਹੀ, ਕਹਿੰਦੇ ਬੀਬੀ ਆਹ ਤਾਂ ਰੱਜਿਆ ਹੋਇਆ, ਕਹਿੰਦੇ ਇਹ ਇਹ ਭੁੱਖਾ, ਇਹਨੂੰ ਪ੍ਰਸ਼ਾਦਾ ਸਿਖਾ ਦੇ। ਕਿਹੜੀ ਗੱਲ, ਉਹ ਮੇਰੇ ਕੰਨੀ ਚੱਕ ਕੇ ਮੈਂ ਉਹਦੇ ਕੰਨੀ, ਇੱਕ ਦੂਜੇ ਕੰਨੀ ਵੀ ਕਿਹੜੀ ਗੱਲ ਨਹਿਰ 'ਤੇ ਕਰੀ ਸੀ, ਉਹ ਗੁਰੂ ਦੀ ਕਿਰਪਾ ਦੇ ਨਾਲ ਭਾਈ ਸੋਹਣੀਆਂ ਨੇ। ਅਤੇ ਫਿਰ ਜਦੋਂ ਜਾ ਕੇ ਮੈਂ ਗਿਆ, ਉਹ ਸਮਾਗਮ ਤੋਂ ਆ ਕੇ ਪੈ ਗਏ ਸੀ, ਮੈਂ ਅੱਜ ਤੁਹਾਨੂੰ ਭਾਈ ਸੋਹਣੀਆਂ ਨੇ ਸੱਦਿਆ, ਅਤੇ ਉਹਦੀ ਉੱਠ ਗਏ, ਉਹ ਤੁਰ ਪਏ ਆ ਕੇ, ਕਹਿੰਦੇ ਭਾਈ ਇੱਥੇ ਤਾਂ ਸਿੰਘ ਮਾਡਲ ਟਾਊਨ ਬਹੁਤ ਨੇ, ਜਾਓ ਗੱਜ ਵੱਜ ਕੇ ਉੱਥੇ ਤੁਸੀਂ ਸਮਾਗਮ 'ਤੇ ਘੋੜ ਪਹੁੰਚੋ। ਫਿਰ ਇਹ 3 ਜਣੇ ਮੋਟਰਸਾਈਕਲ 'ਤੇ ਗਏ, ਇੱਕ ਗੁਰਬਖਸ਼ ਸਿੰਘ ਗਿੱਲ, ਹਰਦਿਆਲ ਸੋਹਣੀ, ਅਤੇ ਦੂਸਰੇ ਦਰਸ਼ਨ ਸੋਹਣੀ। ਬੜਾ ਚੜ੍ਹਦੀ ਕਲਾ 'ਚ ਹੋਇਆ, ਲਾਪਨ ਵਾਲਾ ਜਿਹੜਾ ਉਹਨੇ ਸ਼ਬਦ ਪੜ੍ਹਿਆ, ਲਾਪਨ ਵਾਲਾ ਘੜੀ ਸਾਜ ਹਰਦਿਆਲ ਸਿੰਘ, ਉਹਨਾਂ ਨੇ ਸ਼ਬਦ ਪੜ੍ਹਿਆ, ਮੇਰੇ ਹੁਣ ਤੱਕ ਯਾਦ ਹੈ। ਉਹ ਉਹਨਾਂ ਨੇ ਜਦੋਂ ਕਿਹਾ, ਅਤੇ ਬਾਕੀ ਗੁਰੂ ਦੀ ਕਿਰਪਾ ਨਾ, ਪ੍ਰਭ ਤੇਰੇ ਪੱਗ ਕੀ ਨਾ ਨਾ ਬੂਝ ਗਈ ਗਈ ਮਿਲ ਸਾਧ ਜਣਾ, ਇਹ ਸ਼ਬਦ ਪੜ੍ਹਿਆ ਹੋਇਆ ਨਾ, ਮੈਂ ਟੀਚਰ ਇਕੱਠੇ ਕਰੇ ਹੋਏ ਸੀ ਇਰਦ ਗਿਰਦੇ। ਅਤੇ ਫਿਰ ਉਹ ਉੱਥੇ ਭਾਈ ਜੋੜੇ ਪੁਲਾਂ 'ਤੇ ਇਕੱਠੇ ਹੋ ਗਿਆ, ਉਹ ਕਹਿੰਦੇ ਜੀ ਕਮਾਲ ਹੋ ਗਈ, ਜਿਹਨੇ ਉਹ ਮੇਰੇ ਮੂੰਹੋਂ ਨਿਕਲ ਗਿਆ, ਜਦੋਂ ਪੜ੍ਹ ਕੇ ਹਟਿਆ ਇੰਨਾ ਸਨਾਟਾ ਛਾ ਗਿਆ, ਜਦੋਂ ਉਹਨਾਂ ਨੇ ਤਿੱਖ ਬੂਝ ਗਈ ਗਈ ਮਿਲ ਸਾਧ ਜਣਾ ਇਹ ਸ਼ਬਦ ਪੜ੍ਹਿਆ, ਕਿਹੜੇ ਦੂਜੇ ਨਾਲ ਦਾੜੀ ਇਕੱਠੇ ਵੀ ਟੀਚਰ ਸੇ, ਅਤੇ ਬਾਕੀ ਉਹਨਾਂ 'ਤੇ ਸਾਰਾ ਮੰਡਲੀ ਕੁਝ ਹੋਰ ਬਣ ਗਿਆ। ਉਹ ਮੈਨੂੰ ਕਹਿੰਦੇ ਜੀ ਕਮਾਲ ਹੋ ਗਈ ਵੀ ਉਹ ਵੀ ਇਹੋ ਜਿਹੇ, ਅਤੇ ਦੂਸਰੇ ਪੱਖ 'ਤੇ ਬਾਹਰ ਖੜ੍ਹੇ ਗੱਲ ਕਰਨ 2-4 ਬੰਦੇ, ਕਹਿੰਦੇ ਓਏ ਲੈਂਦੇ ਕੁਝ ਨਹੀਂ, ਕਿਹੜੀ ਮਿਸਤਰੀ ਅਤੇ ਦਾਖਾ ਨੇ ਉਹ ਵੀ ਕਹਿੰਦੇ ਵੰਡ ਦਿੰਦੇ ਨੇ, ਕਿਹੜੀ ਇੱਥੇ ਸ਼ਬਦ ਭੇਟ ਕੋਈ ਧਰ ਦਿੰਦਾ ਉਹ ਗੋਲਕ 'ਚ ਪਾ ਜਾਂਦੇ ਨੇ, ਵੀ ਨਹੀਂ ਤਾਂ ਸਿਲਸਿਲਾ ਬਹੁਤ ਵਾਲਿਆਂ ਨੂੰ ਰਜਾ ਨਹੀਂ ਸਕਦੇ, ਜਿਹੜੇ ਢਾਡੀ ਰਾਗੀ ਹੁੰਦੇ ਨੇ, ਵੀ ਇਹ ਤਾਂ ਕਮਾਲ ਹੋ ਗਈ। ਫਿਰ ਭਾਈ ਉਹ ਮਹੀਨੇ ਵਾਲਾ ਸਮਾਗਮ ਆਰੰਭ ਹੋ ਗਿਆ ਉੱਥੇ, ਅਤੇ ਮਾਸਟਰ ਜੋਗਿੰਦਰ ਸਿੰਘ ਗੁਰੂੰਦੀ, ਇਹ 1958 ਦੀ ਗੱਲ ਕਰਦਾ ਮੈਂ, ਅਤੇ ਕਹਿੰਦੇ ਇੱਕ ਮਹੀਨੇ 'ਚ ਆਪਾਂ ਭਾਈ ਇੱਕ ਰਹਿਣ ਸਵਾਈ ਕੀਰਤਨ ਜ਼ਰੂਰ ਕਰਨਾ। ਉਹਦੇ ਸਕੱਤਰ ਦੀ ਸੇਵਾ ਮੈਨੂੰ, ਮਹਾਂ ਜੀ ਮੈਂ ਤਾਂ ਬੱਚਾ ਨਹੀਂ, ਕਹਿੰਦੇ ਤੇ ਤੂੰ ਸੇਵਾ ਲੈਣੀ ਆ। ਦੂਜਾ ਫਿਰ ਹੈਗਾ ਸੀ ਉੱਥੇ ਵਡਿਆਣੀ ਸਮਾਗਮ, ਅਤੇ ਦੂਸਰੇ ਪਾਸੇ ਜਿਉਂ ਉਹ ਚੱਲੇ ਸਮਾਗਮ ਗੁਰੂ ਦੀ ਕਿਰਪਾ, ਮੇਰੇ ਕੋਲ ਤਾਂ ਫਿਰ ਉਹ ਸੱਚੇ ਪਾਤਸ਼ਾਹ 1.5 ਸਾਲ ਦੀ ਲਿਸਟ ਹੋ ਗਈ,
ਵੀ ਇਸ ਤਰ੍ਹਾਂ ਸਾਡੇ ਕਰੋ ਸਾਡੇ ਕਰੋ, ਉਹ ਕਹਿੰਦੇ ਵੀ ਇਹਨਾਂ ਦਾ ਖਰਚ ਕੋਈ ਨਹੀਂ, ਰਾਤ ਨੂੰ ਕਹਿੰਦੇ ਨੇ ਮੂੰਗੀ ਦੀ ਦਾਲ ਹੋਵੇ ਜਾਂ ਤਲੀਆ ਹੋਵੇ, ਜਿਹਨੇ ਹੁਣ ਸਾਰੀ ਬੈਠ ਕੇ ਰਾਤ ਕੀਰਤਨ ਸੁਣਨਾ ਉਹ ਭਾਰੀ ਗਿਰਜਾ ਤਾਂ ਖਾ ਨਹੀਂ ਸਕਦਾ। ਚਲੋ ਗੁਰੂ ਦੀ ਕਿਰਪਾ ਨਾਲ ਫਿਰ ਉਹ ਵਿਆਸੀ 'ਚ ਪਾਈ, ਜਦੋਂ ਇੱਧਰ ਆਏ ਫਿਰ ਮਾਸਟਰ ਸਤਵੰਤ ਸਿੰਘ ਸਤਵੰਤ ਸਿੰਘ ਦੁਰਾਹੇ ਕੋਲ ਦੇ ਉਹਨਾਂ ਦਾ ਪਿੰਡ ਹੈਗਾ ਸੀ, ਫਿਰ ਉਹਨਾਂ ਨੂੰ ਡਿਊਟੀ ਦਿੱਤੀ। ਮੈਂ 2-4 ਸਾਲ ਬਾਅਦ ਕਹਿਣਾ ਵੀ ਜੀ ਹੁਣ ਮੈਨੂੰ ਛੁੱਟੀ ਦੇ ਦਿਓ ਤੁਸੀਂ, ਉਹਨਾਂ ਨੇ ਕਹਿਣਾ ਨਹੀਂ ਨਹੀਂ ਬਹੁਤ ਠੀਕ ਹੈ। ਗੁਰੂ ਦੀ ਕਿਰਪਾ ਦੇ ਨਾਲ 58 ਤੋਂ ਲਾ ਕੇ 82 ਤੱਕ 81 ਤੱਕ ਗੁਰੂ ਦੀ ਕਿਰਪਾ ਨਾਲ 77 ਦੀ ਸੇਵਾ ਸੈਕਟਰੀ ਮੇਰੇ ਕੋਲ ਹੀ ਰਹੀ ਹੈ। ਇਸ ਤਰ੍ਹਾਂ ਦਾ ਸਾਰੀ ਵਡਿਆਈ ਸਤਿਗੁਰੂ ਦੀ ਆ, ਜਿਹਤੋਂ ਭਾਈ ਬਚਿੱਤਰ ਸਿੰਘ ਸੱਚੇ ਪਾਤਸ਼ਾਹ ਨੇ ਥਾਪੜਾ ਦਿੱਤਾ, ਹਾਥੀਆਂ ਨੇ ਲੜਾ ਤਾ, ਉਹਨਾਂ ਦੀ ਫੌਜ ਨੂੰ ਕੁਛ ਥਾ ਉਸਨੇ। ਇਸ ਤਰ੍ਹਾਂ ਸਾਰੀ ਵਡਿਆਈ ਹੈ ਸੰਗਤਾਂ ਦੀ ਹੈ। ਮੈਂ ਤਾਂ ਕਿਹਾ ਉਦੋਂ ਮੈਂ ਬੱਚਾ, ਮਾਸਟਰ ਜੀ ਕਹਿਣ ਲੱਗੇ ਨਹੀਂ ਕਾਕਾ ਤੇਰੇ ਤੋਂ ਸੇਵਾ ਲੈਣੀ ਹੈ, ਇਹ ਗੁਰੂ ਦੀ ਕਿਰਪਾ ਦੇ ਨਾਲ ਸਾਰੀ ਉਹਦੀ ਵਡਿਆਈ ਹੈ। ਜਦੋਂ ਭਾਈ ਕੋਈ ਸੇਵਾ ਲੈਣੀ ਹੁੰਦੀ ਆ ਫਿਰ ਉਹ ਪੈਦਲ ਕਦੇ ਬੱਸਾਂ 'ਚ ਆਪੋ ਆਪਦੇ ਕਿਰਾਇਆ ਸਾਧਨਾਂ 'ਤੇ ਜਾਣਾ ਅਤੇ ਬਾਕੀ ਰਹਿਣ ਸੁਆਈ ਕੀਰਤਨ ਕਰਨਾ ਅਤੇ ਪ੍ਰਸ਼ਾਦ ਪਾਣੀ ਛੱਕ ਕੇ ਆ ਜਾਣਾ। ਅੰਮ੍ਰਿਤ ਸੰਚਾਰ ਬਹੁਤ ਫਿਰੇ ਪਿੰਡਾਂ ਵਿੱਚ, ਇਸ ਦੀ ਲਹਿਰ ਚੱਲੀ ਗੁਰੂ ਦੀ ਕਿਰਪਾ ਨਾਲ ਬਹੁਤ ਚੜ੍ਹਦੀ ਕਲਾ ਰਹੀ ਹੈ, ਸਾਰੀ ਵਡਿਆਈ ਸਤਿਗੁਰ ਦੀ ਹੈ। ਅਤੇ ਫਿਰ ਉਦੋਂ ਬਾਅਦ ਇੱਥੇ ਆ ਕੇ, ਚਲੋ ਇੱਥੇ ਆ ਕੇ ਗੁਰੂ ਦੀ ਕਿਰਪਾ ਨਾਲ ਇੱਥੇ ਉਹ ਸਰਦਾਰ ਸੁਰਜੀਤ ਸਿੰਘ ਜਿਹੜੇ ਆਪਣੇ ਸੁਧਾਰ ਲਏ, ਉਹ ਕਹਿੰਦੇ ਮਾਸਟਰ ਜੀ ਕਿਉਂ ਸੂਰਜ ਆਉਂਦਾ ਹੁੰਦਾ ਮੇਰਾ ਨਾਮ ਵੀ ਇਸ ਤਰ੍ਹਾਂ ਨਾਲ ਕਰਕੇ, ਕਹਿੰਦੇ ਤੁਸੀਂ ਉੱਥੇ ਸੇਵਾ ਕਰਦੇ ਆਉਂ ਇੱਥੇ ਵੀ ਸ਼ੁਰੂ ਕਰੋ। ਅਤੇ ਬਾਕੀ ਇੱਥੇ ਉਹ ਕਰਦੇ ਸੀ, ਫਿਰ 3-4 ਸਿਮਰਨ ਇੱਕ ਘੰਟਾ, ਫਿਰ ਜਿਤਨੇ ਫਿਰ ਕੀਰਤਨ ਹੋਣਾ, ਉਹ ਸੇਵਾ ਫਿਰ ਮੈਨੂੰ 82 'ਚ ਇੱਥੇ ਫਿਰ ਬਹੁਤ ਸਾਲ ਗੁਰੂ ਦੀ ਕਿਰਪਾ ਨਾਲ ਸਟੇਜ ਮੇਰੇ ਕੋਲ ਰਹੀ। ਹੁਣ 3-4 ਸਾਲ ਤੋਂ ਭਾਈ ਗੁਰੂ ਦੀ ਕਿਰਪਾ ਨਾਲ ਕਮਲਜੀਤ ਸਿੰਘ, ਦਵਿੰਦਰ ਸਿੰਘ, ਹੋਰ ਕਿਹੜੇ ਸਿੰਘ ਭਾਈ ਨਗੀਨਾ ਸੋਹਣੀ ਜਾਂ ਹੋਰ ਇਸ ਤਰ੍ਹਾਂ ਦਾ, ਗੁਰੂ ਦੀ ਕਿਰਪਾ ਨਾਲ ਕਿਉਂ ਮੈਨੂੰ ਤਾਂ ਹੁਣ ਘੰਟਾ ਅੱਧ ਘੰਟਾ ਵੀ ਬੈਠਣਾ ਬਾਹਰ ਔਖਾ, ਇਸ ਕਰਕੇ ਉਮਰ ਦੇ ਨਾਲ ਕਿਉਂ 90 ਮਰ ਲੱਗਿਆ ਹੋਇਆ। ਇਹ ਪਹਿਲਾਂ ਗੁਰੂ ਦੀ ਕਿਰਪਾ ਨਾਲ ਮੇਰੇ ਕੋਲ ਸੇਵਾ ਇੱਥੇ ਲਗਾਤਾਰ ਰਹੀ। ਬਾਹਰ ਅੰਦਰ ਜਾਣਾ, ਟੋਰਾਂਟੋ, ਕਾਇਲਗਿਰੀ, ਹੋਰ ਸਮਾਗਮ, ਅਤੇ ਹੁਣ ਮੈਂ ਕਿਤੇ ਬਾਹਰ ਅੰਦਰ ਵੀ ਨਹੀਂ ਜਾਂਦਾ। ਗੁਰੂ ਦੀ ਕਿਰਪਾ ਦੇ ਨਾਲ ਘਰੇ ਨਿਤਨੇਮ ਨਹੀਂ ਵੀ ਜਾਂਦਾ, ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੈ। ਅਤੇ ਬਾਕੀ ਕਿਹੜੀ ਹੈਗੀ ਗੱਲ, ਇਹ ਸਾਰੀ ਵਡਿਆਈ ਸਤਿਗੁਰ ਦੀ ਹੈ। ਜੇ ਬੰਦਾ ਖੇ ਬੰਦਾ ਕੀ ਕੀਤਾ ਕਰਨਾ, ਸਰਵ ਰਜਾਈ ਕਿਛ ਕੀਤਾ ਜੇ ਕਰ ਸਕੀ, ਆਪਣਾ ਕੀਤਾ ਕਿਛੂ ਨਾ ਹੋਵੇ, ਜਿਉਂ ਹਰ ਭਾਵੇ ਤਿਉਂ ਰੱਖੀ ਹੈ ਮੇਰੇ ਹਰ ਜੀ, ਉਹ ਸਭ ਕੋ ਤੇਰੇ ਬਸ, ਅਸਾਂ ਜ਼ੋਰ ਨਾਹੀਂ, ਜੇ ਕਿਛ ਕਰ ਹਮ ਸਕ ਹੈ, ਜੇਕਰ ਹਮ ਸਕੇ ਜੇ ਭਾਵੇ ਤੇ ਵਹਿ ਬਖਸ਼। ਸਾਰੀ ਵਡਿਆਈ ਉਹਦੀ ਹੈ ਜਿਹਦੇ ਤੋਂ ਕੋਈ ਭਾਈ ਸੇਵਾ ਲੈਣੀ ਹੈ, ਸੱਚੇ ਪਾਤਸ਼ਾਹ ਸਿਰ 'ਤੇ ਮਿਹਰਾਂ ਭਰੇ ਹੱਥ ਰੱਖਦੇ ਨੇ। ਬਾਕੀ ਗੁਰਮਤ ਗੁਰਸਿੱਖੀ ਬਹੁਤ ਉੱਚੀ ਹੈ, ਅਤੇ ਸਾਡੇ ਕੋਲ ਫਿਰ ਆ ਕਿਹੜੀ ਉਹਦੇ ਸਿੰਘਾਂ ਨੇ ਕਿਹਾ ਤੁਸੀਂ ਭਾਈ ਸਿੰਘ ਦਰਸ਼ਨ ਕਰੇ ਨੇ, ਲਿਖੋ। ਮੈਂ ਕਿਹੜਾ ਲਿਖਾ ਰਹੀ ਹਾਂ, ਅਤੇ ਉਹ ਕਹਿੰਦੇ ਤੁਸੀਂ ਲੈਟਰ ਨਹੀਂ ਲਿਖਦੇ ਚਿੱਠੀਆਂ। ਚਲੋ ਫਿਰ ਸਭ ਆਉਗੁਣ ਗੁਰੂ ਦੀ ਕਿਰਪਾ ਦੇ ਨਾਲ ਇਹ ਪੁਸਤਕ ਕਿਹੜੀ ਸੱਚੇ ਪਾਤਸ਼ਾਹ ਨੇ 5-4 ਮਹੀਨੇ ਮੈਂ ਲੱਗਿਆ ਰਿਹਾ, ਅਤੇ ਫਿਰ ਉਦੋਂ ਬਾਅਦ 1000 ਕਾਪੀ ਛਪਾਈ। ਹੁਣ ਉਹ ਆਪਣੇ ਨਗਰ ਵਿੱਚ ਫਰਵਾਲੀ ਕਿਹੜਾ ਟਰੱਸਟ ਰੰਭਿਆ ਗੁਰੂ ਦੀ ਕਿਰਪਾ ਨਾਲ 1990 ਤੋਂ ਲਾ ਕੇ ਹੁਣ ਤੁਸੀਂ ਦੇਖ ਲਓ ਇਸ ਵੇਲੇ ਸੱਚੇ ਪਾਤਸ਼ਾਹ ਜੀ 1,00,000 ਸ਼ੁਰੂ ਕਰਿਆ ਸੀ ਬੇਰੀਆਂ ਤੋੜ ਕੇ, ਅੱਜ ਗੁਰੂ ਦੇ ਇੱਡੀ ਵੱਡੀ ਬਖਸ਼ਿਸ਼ ਹੋਈ ਹੋਈ ਹੈ ਵੀ ਉਹ 95,00,000 ਦਾ ਉੱਥੇ ਐਫੜੀਆਂ ਬਣੀਆਂ ਨੇ, 7-8 ਲੱਖ ਵਿਆਜ ਬਣ ਜਾਂਦਾ ਉਹ ਬੱਚਿਆਂ ਨੂੰ ਜਿਹੜੇ ਦੂਰੋਂ ਨੇੜੇ ਆਉਂਦੇ ਨੇ। ਅਤੇ 26-27 ਨਵੰਬਰ ਦਾ ਹੁਣ ਸਮਾਗਮ ਹੋ ਕੇ ਹਟਿਆ। ਸੱਚੇ ਪਾਤਸ਼ਾਹ ਦੀ ਕਿਰਪਾ ਨਾਲ 2 ਕੰਡੀਸ਼ਨਾਂ ਨੇ ਉਹਦੇ ਵਿੱਚ ਰੱਖੀਆਂ ਹੋਈਆਂ। ਇੱਕ ਤਾਂ ਇਹ ਹੈ ਵੀ ਉਹ ਬੱਚੇ ਉਹੀ ਉੱਥੇ ਲੈਣੇ ਆ ਅੰਮ੍ਰਿਤਧਾਰੀ, ਇੱਕ ਪ੍ਰਿੰਸੀਪਲ ਜਾਂ ਕਿਹੜਾ ਹੈੱਡ ਆ ਉਹਨੇ ਤਸਦੀਕ ਕਰਨਾ ਵੀ ਇਹ ਸਾਡੇ ਸਕੂਲ ਦੇ ਸਟੂਡੈਂਟ ਨੇ। ਉਹ ਬੱਚੇ ਆਉਂਦੇ ਨੇ, ਉਹਨਾਂ ਨੂੰ ਫਿਰ ਨਸਲ ਨਾਮ ਟਰੋਫੀਆਂ ਅਤੇ ਹੋਰ ਸਭ ਕੁਝ। ਇੱਕ ਖੁਸ਼ੀ ਦੀ ਗੱਲ ਤੁਹਾਨੂੰ ਮੈਂ ਦੱਸਦਾ ਵੀ ਉਹ ਹੁਣ ਇੱਕ ਬਿੱਘਾ ਥਾਂ ਹੈ, ਉਹਦੇ ਵਿੱਚ ਜਿਹੜਾ ਹਾਲ ਬਣਿਆ ਗੁਰੂ ਦੀ ਕਿਰਪਾ ਨਾਲ 3 ਸਾਲ 'ਚ ਬਣਿਆ। ਮੇਰੇ ਕੋਲ ਇੱਕ ਦੁਕਾਨ ਸੀ ਉੱਥੇ, ਸਾਡੇ ਕੋਲ ਸਨੋੜ, ਉਹ ਵੀ ਵੇਚਤੀ ਮੈਂ ਗੁਰੂ ਦੀ ਕਿਰਪਾ ਦੇ ਨਾਲ। ਇਸ ਵੇਲੇ ਤੁਸੀਂ ਦੇਖ ਲਓ 41,50,000 ਉਹਦੇ 'ਤੇ ਲੱਗਿਆ, ਅਤੇ ਸਾਰਾ ਕੁਝ ਕਿਹੜੀ ਮੈਂ ਖੁਸ਼ੀ ਦੀ ਗੱਲ ਦੱਸਦਾ। ਟਰੱਸਟ ਦੇ ਹੁਣ 7 ਮੈਂਬਰ ਨੇ, 2 ਤਾਂ ਮੇਰੇ ਸਟੂਡੈਂਟ ਨੇ, ਚਲੋ ਜ਼ਿਆਦਾ ਮੈਂ ਲੰਬਾ ਨਾ ਜਾਵਾਂ। ਅਤੇ ਦੂਸਰੇ ਪੱਖ 'ਤੇ ਇਹ ਚੀਜ਼ ਹੈਗੀ ਹੈ ਵੀ ਉਹ ਟਰੱਸਟ ਦੇ ਨਾਂ 'ਤੇ ਹੈ, ਵਿਰਾਸਤ ਨਾਲ ਉਹਦਾ ਕੋਈ ਸੰਬੰਧ ਨਹੀਂ। ਜਿਹੜਾ ਟਰੱਸਟ ਹੈ 1 ਬਿਘਾ ਥਾਂ ਹੈਗਾ, ਅਤੇ ਦੂਸਰੇ 95,00,000 ਗੁਰੂ ਦੀ ਕਿਰਪਾ ਨਾਲ ਐਫੜੀਆਂ ਬਣੀਆਂ ਨੇ, ਉਹਦਾ ਮਾਲਕ ਟਰੱਸਟ ਹੈ, ਉਹਦਾ ਸੰਵਿਧਾਨ ਬਣਿਆ, ਰਜਿਸਟਰੇਸ਼ਨ ਬਣੀ ਹੈ। ਜੇ ਕੋਈ ਬਾਹਰ ਅੰਦਰ ਚਲੇ ਗਿਆ ਜਾਂ ਚੜ੍ਹਾਈ ਕਰ ਗਿਆ ਉਹਦੇ ਵਿੱਚ ਉਹਨਾਂ ਨੇ ਪਾ ਲੈਣਾ। ਹਾਂ ਬੱਚਿਆਂ 'ਚ ਇੱਕ ਗੱਲ ਹੈਗੀ ਵੀ ਜੇ ਇਹਨਾਂ ਦਾ ਕੋਈ ਸੇਵਾ ਕਰਨ ਦਾ ਕਿਸੇ ਦਾ ਨਿਸ਼ਾਨਾ ਹੋਵੇ ਉਹ ਕਰ ਲਵੇ, ਬਾਕੀ ਵਿਰਾਸਤ ਨਾਲ ਕੋਈ ਸੰਬੰਧ ਨਹੀਂ ਉਹਦਾ, ਵੀ ਉਹਦੇ ਮਾਲਕ ਟਰੱਸਟ ਹੀ ਹੈ, ਸੰਵਿਧਾਨ ਬਣਿਆ, ਰਜਿਸਟਰੇਸ਼ਨ ਬਣਿਆ, ਸਾਰੀ ਵਡਿਆਈ ਸਤਿਗੁਰ ਦੀ ਹੈ। ਅਤੇ ਮੈਂ ਤਾਂ ਹਰ ਸਾਲ ਹੁਣ 2 ਸਾਲ ਤੱਕ ਸਫ਼ਰ ਕਰਨਾ ਵੀ ਔਖਾ,
ਤੇ ਬਾਕੀ ਉਹ ਸਾਰਾ ਕੁਝ ਕਰਦੇ ਨੇ ਚੜ੍ਹਦੀ ਕਲਾ ਵਿੱਚ ਉਹ ਸਮਾਗਮ ਹੋ ਰਹੇ ਨੇ ਤੇ ਗੁਰੂ ਦੀ ਕਿਰਪਾ ਦੇ ਨਾਲ ਸਮਝ ਲਓ ਤੁਸੀਂ ਕਿ 39 ਟੀਮਾਂ ਆਈਆਂ ਕੀਰਤਨ ਵਾਲੀਆਂ ਬਾਕੀ ਸ਼ੁੱਧ ਪਾਠ ਜੁੜਵੇਂ ਸਰੂਪ ਤੇ ਹੋਰ ਸਾਰੀ ਵਡਿਆਈ ਹੈ ਸਤਿਗੁਰ ਦੀ ਇਧਰਲੇ ਪਾਸੇ ਸੱਚੇ ਪਾਤਸ਼ਾਹ ਜਿੰਨੀ ਜਿੰਨੀ ਬਖਸ਼ਿਸ਼ ਕਰਦੇ ਉਨੀ ਸੇਵਾ ਲਈ ਜਾਂਦੇ ਨੇ ਬਾਕੀ ਤਾਂ ਭਾਈ ਜੀਵ ਕਿਹੜਾ ਹੈ ਇਹ ਸਦਾ ਭੁੱਲਣਾ ਹਾਰ ਹੈ ਜੈਸਾ ਬਾਲਕ ਪਾਏ ਸੁਹਾਈ ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਝਿੜਕੇ ਬਾਂਤੀ ਬਹੁੜ ਪਿਤਾ ਗੰਗਾਵੇ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੈ ਇਹੀ ਅਰਦਾਸ ਹੈ ਕਿ ਸੱਚਾ ਪਾਤਸ਼ਾਹ ਜੈਸਾ ਬਾਲਕ ਪਾਏ ਸੁਹਾਈ ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਝਿੜਕੇ ਬਾਂਤੀ ਬਹੁੜ ਪਿਤਾ ਗੰਗਾਵੇ ਤੇਰੇ ਸੱਚੇ ਪਾਤਸ਼ਾਹ ਜਿਹੜੇ ਉਹ ਨੇ ਉਹ ਬਖਸ਼ ਦੇ ਭੁੱਲਾਂ ਬਖਸ਼ ਦੇ ਜੇ ਬਾਕੀ ਨਾਨਕ ਦਾਸ ਮੁਖ ਤੇ ਜੈਸਾ ਬਾਲਕ ਪਾਏ ਸੋਈ ਲੱਖ ਪ੍ਰਾਤਮਾ ਕਰ ਉਪਦੇਸ਼ ਝਿੜਕੇ ਪਾਬੰਦੀ ਬਹੁਤ ਪਿਤਾ ਗੁਲਾਬ ਹੈ ਵੀ ਤੇਰੇ ਹਾਂ ਸੱਚਾ ਪਾਤਸ਼ਾਹ ਇੱਕ ਗੱਲ ਹੈ ਤੇਰੇ ਦੀ ਮਾਣ ਹੈ ਤਾਣ ਹੈ ਤੂੰ ਹੀ ਹੈ ਸਭ ਕੁਝ ਮੈਂ ਤਾਂ ਕਿਹੜਾ ਹਾਂ ਸਾਰਾ ਜੀਵ ਸਵਾਸ ਸਵਾਸ ਭੁੱਲਣ ਵਾਲਾ ਹਾਂ ਇਸ ਤਰ੍ਹਾਂ ਮਨ ਵਿੱਚ ਸੱਚੇ ਪਾਤਸ਼ਾਹ ਸਾਰੀ ਉਹਦੀ ਵਡਿਆਈ ਹੈ ਉਹਦੀ ਬਖਸ਼ਿਸ਼ ਹੈ ਹਾਂਜੀ ਵਾਹਿਗੁਰੂ ਵਾਹਿਗੁਰੂ ਜੀ।